ਕਈਆਂ ਨੂੰ thyroid issues ਆ ਜਾਂਦੇ ਨੇ ਕਈਆਂ ਦਾ ਆਇਰਨ ਘਟ ਜਾਂਦਾ ਹੈ ਕੋਈ ਆਇਰਨ ਚ ਕਮੀ ਹੋ ਜਾਂਦੀ ਹੈ ਇਹ ਵੀ ਇੱਕ ਕਾਰਨ ਹੈ ਕੀ ਹੁੰਦਾ ਹੈ ਕਿ ਕਈ ਵਾਰੀ ਪੁਰਾਣੀ ਸੱਟ ਵੱਜੀ ਹੈ ਜਿਹਨੂੰ ਆਪਾਂ ਟਰੋਮਾ ਕਹਿ ਦਿੰਨੇ ਆ 올ਡ ਹਿਸਟਰੀ ਹੁੰਦੀ ਹੈ ਟਰੋਮਾ ਦੀ ਉਹ ਵੀ ਇੱਕ ਕਾਰਨ ਹੈ ਕਿ ਆਪਾਂ ਕਹਿੰਦੇ ਹੈਬਿਚੁਅਲ ਮਿਸਕਾਰੇਜ ਓਕੇ ਉਹ ਹੋ ਜਾਂਦਾ ਹੈ ਦੂਸਰੇ ਜਾਂ ਤੀਸਰੇ ਮਹੀਨੇ ਇਹ ਪ੍ਰੋਬਲਮ ਆ ਜਾਂਦੀ ਹੈ ਕਈਆਂ ਨੂੰ ਚੌਥੇ ਪੰਜਵੇਂ ਵੀ ਆ ਜਾਂਦੀ ਹੈ ਲਗਾਤਾਰ 9 ਮਹੀਨੇ ਖਾਣੀ ਪੈਂਦੀ ਹੈ ਦਵਾਈਆਂ ਜੀ ਅੰਨੇ ਕੁਛ ਦਿਨ ਪਹਿਲਾਂ 40 ਦਿਨ ਪਹਿਲਾਂ ਬੰਦ ਕਰਦੇ ਹਾਂ ਪਰ ਕੁਛ ਦਿਨ ਖਾਣ ਨਾਲ ਖਾਂਦੇ ਰਹੋ ਤਾਂ ਠੀਕ ਹੈਗਾ ਕਿਉਂਕਿ ਉਹ ਸਟਰੈਂਥ ਮਿਲਦੀ ਰਹਿੰਦੀ ਹੈ ਯੂਟਰਸ ਨੂੰ ਆਪਣੀਆਂ ਦਵਾਈਆਂ ਸੇਫ ਮੈਡੀਸਿਨਸ ਦਾ ਇਹਨਾਂ ਦਾ ਕੋਈ ਨੁਕਸਾਨ ਨਹੀਂ ਹੈਗਾ ਉਸ ਲਈ ਕਿ ਤੁਹਾਡੇ ਕਹਿਣ ਦੇ ਉੱਤੇ ਅਸੀਂ ਕਿਨਦੀਪ ਜੀ ਨੂੰ ਦੁਬਾਰਾ ਲੈ ਕੇ ਆਏ ਹਾਂ ਆਪਣੇ ਸਟੂਡੀਓ ਦੇ ਵਿੱਚ ਜੇ ਤੁਹਾਡਾ ਸਵਾਲ ਹੈਗਾ ਕੀ ਕੀ ਵਾਰ ਮਿਸਕਾਰਚ ਹੋ ਜਾਂਦਾ ਬੱਚੇ ਤੇ ਉਹਦਾ ਬੱਚਿਆਂ ਨੂੰ ਉਹਦਾ ਕੀ ਕਰਨਾ ਤੇ ਚਲੋ ਪਹਿਲਾਂ ਸਵਾਗਤ ਕਰਦੀ ਹਾਂ ਕਿਮਜੀਤ ਦਾ ਸਾਡੇ ਪ੍ਰੋਗਰਾਮ ਚ ਉਸ ਤੋਂ ਬਾਅਦ ਅਸੀਂ ਤੁਹਾਡੇ ਨਾਲ ਗੱਲਬਾਤ ਕਰਦੇ ਹਾਂ ਕਹਿੰਦੇ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਸਾਡੇ ਪ੍ਰੋਗਰਾਮ ਚ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੋ ਸਭ ਤੋਂ ਵੱਡੀ ਗੱਲ ਕਿ ਤੁਹਾਡੀ ਪਿਛਲੀ ਇੰਟਰਵਿਊ ਸੀ ਲਕੋਰੀਆ ਤੇ ਤੇ ਉਹਦੇ ਫੋਨ ਤੋਂ ਬਾਅਦ ਸਾਨੂੰ ਫੋਨ ਲੋਕਾਂ ਦੇ ਆਏ ਆ ਕਿ ਕਈਆਂ ਨੂੰ ਪਤਾ ਨਹੀਂ ਲੱਗਦਾ ਕਿ ਉਹ ਪ੍ਰੈਗਨੈਂਟ ਹੁੰਦੀਆਂ ਬਟ ਦੂਜੇ ਤੀਜੇ ਮਹੀਨੇ ਚ ਮਿਸਕਾਰਚ ਹੋ ਜਾਂਦਾ ਸੋ ਉਹਦਾ ਕੀ ਕਾਰਨ ਹੈ ਰਕਸਾ ਉਹਦੇ ਬਹੁਤ ਸਾਰੇ ਕਾਰਨ ਹੈ ਜੈਸ ਜੀ ਕਈਆਂ ਨੂੰ ਥਾਇਰਾਇਡ ਇਸ਼ੂਜ਼ ਆ ਜਾਂਦੇ ਨੇ ਕਈਆਂ ਦਾ ਆਇਰਨ ਘਟ ਜਾਂਦਾ ਹੈ ਕੋਈ ਆਇਰਨ ਚ ਕਮੀ ਹੋ ਜਾਂਦੀ ਹੈ ਇਹ ਵੀ ਇੱਕ ਕਾਰਨ ਹੈ ਕਈਆਂ ਦਾ ਇੱਕੀ ਹੁੰਦਾ ਹੈ ਕਿ ਕਈ ਵਾਰੀ ਪੁਰਾਣੀ ਸੱਟ ਵੱਜੀ ਹੈ ਜਿਹਨੂੰ ਆਪਾਂ ਟਰੋਮਾ ਕਹਿ ਦਿੰਨੇ ਆ 올ਡ ਹਿਸਟਰੀ ਹੁੰਦੀ ਹੈ ਟਰੋਮਾ ਦੀ ਉਹ ਵੀ ਇੱਕ ਕਾਰਨ ਹੈ ਕਿ ਬਾਰੀ ਬਾਰੀ ਜਿਵੇਂ ਆਪਾਂ ਕਹਿੰਦੇ ਹੈਬਿਚੁਅਲ ਮਿਸਕੈਰੇਜ ਓਕੇ ਉਹ ਹੋ ਜਾਂਦਾ ਤਾਂ ਦੂਸਰੇ ਜਾਂ ਤੀਸਰੇ ਮਹੀਨੇ ਇਹ ਪ੍ਰੋਬਲਮ ਆ ਜਾਂਦੀ ਹੈ ਕਈਆਂ ਨੂੰ ਚੌਥੇ ਪੰਜਵੇਂ ਵੀ ਆ ਜਾਂਦੀ ਹੈ ਇਹਦੇ ਲਈ ਸਾਡੀਆਂ ਹੋਮੋਪੈਥਿਕ ਅਲੱਗ-ਅਲੱਗ ਮੈਡੀਸਿਨਸ ਹੈ ਓਕੇ ਜਿਵੇਂ ਪਹਿਲੇ ਦੂਜੇ ਤੀਜੇ ਮਹੀਨੇ ਅਡ ਮੈਡੀਸਿਨਸ ਨੇ ਫਿਰ ਅਗਰ ਚੌਥੇ ਪੰਜਵੇਂ ਮਹੀਨੇ ਤਾਂ ਅਲੱਗ ਮੈਡੀਸਿਨਸ ਹੈ ਓਕੇ ਇਹਦੇ ਲਈ ਕੀ ਹੈ ਕਿ ਲਗਾਤਾਰ ਕੁਝ ਦਿਨ ਉਹਨਾਂ ਨੂੰ ਦਵਾਈ ਖਾਣੀ ਪੈਂਦੀ ਹੈ ਕੁਝ ਖਾਣ ਲਈ ਦਵਾਈਆਂ ਦੇਣੀਆਂ ਕੁਝ ਪੀਣ ਲਈ ਡਰਾਪਸ ਦੇਣੇ ਹੈਗੇ ਕੁਝ ਦਿਨ ਖਾਣੀ ਪੈਂਦੀਆਂ ਗੋਲੀਆਂਆਂ ਆ ਤੁਹਾਡੇ ਕੋਲੇ ਸੋ ਉਹ ਗੋਲੀਆਂ ਵੀ ਆ ਕਿ ਉਹਦੇ ਉੱਤੇ ਛੋਟੇ ਕੋਈ ਕੋੜੀ 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 ਦਵਾਈ ਵੀ ਹੁੰਦੇ ਆ ਡਰਾਪਸ ਵੀ ਹੁੰਦੇ ਆ ਜੀ ਥੋੜੇ ਕੋੜੇ ਹੁੰਦੇ ਆ ਪੀਣ ਵਾਸਤੇ ਡਰਾਪਸ ਵੀ ਨਾਲ ਦੇਦੇ ਆ ਕਿਉਂਕਿ ਮੈਨੂੰ ਤਾਂ ਇੱਕੋ ਹੀ ਪਤਾ ਆ ਕਿ ਹੋਮੋਪੈਥੀ ਦਵਾਈ ਬਹੁਤ ਮਿੱਠੀ ਹੁੰਦੀ ਆ ਹਾਂਜੀ ਤੇ ਡਿਲੀਵਰੀ ਤੋਂ ਕੁਝ ਦਿਨ ਪਹਿਲਾਂ ਆਪਾਂ ਬੰਦ ਕਰ ਦਿੰਦੇ ਆ ਜਿਵੇਂ 40 ਦਿਨ ਪਹਿਲਾਂ ਆਪਾਂ ਬੰਦ ਕਰ ਦਿੰਦੇ ਆ ਅੱਛਾ ਤਾਂ ਤੁਹਾਡਾ ਮਤਲਬ ਆ ਕਿ ਕਈ ਕਈ ਲੇਡੀਜ਼ ਨੂੰ ਕਈ ਭੈਣਾਂ ਨੂੰ ਲਗਾਤਾਰ 9 ਮਹੀਨੇ ਖਾਣੀ ਪੈਂਦੀ ਹੈ ਦਵਾਈਆਂ ਜੀ ਅੰਨੇ ਕੁਛ ਦਿਨ ਪਹਿਲਾਂ 50 ਦਿਨ ਪਹਿਲਾਂ ਬੰਦ ਕਰਦੇ ਨੇ ਮੰਨ ਲਓ ਕਿ 8 ਮਹੀਨੇ ਲਾ ਲਓ ਕਿ ਲਗਾਤਾਰ ਖਾਣੀ ਪੈਂਦੀ ਆ ਪਰ ਕਈਆਂ ਨੂੰ ਮਿਸਕੈਰਜ ਜੋ ਪਹਿਲੇ ਹੀ ਮਹੀਨੇ ਹੁੰਦਾ ਪਹਿਲੇ ਦੂਜੇ ਤੀਜੇ ਪੰਜਵੇਂ ਮਹੀਨੇ ਬਾਅਦ ਤਾਂ ਕਹਿੰਦੇ ਫਿਰ ਖਤਰਾ ਨਹੀਂ ਰਹਿੰਦਾ ਹਾਂਜੀ ਹਾਂਜੀ ਤਾਂ ਫਿਰ ਪਰ ਕੁਛ ਦਿਨ ਖਾਣ ਨਾਲ ਖਾਂਦੇ ਰਹੋ ਤਾਂ ਠੀਕ ਹੈਗਾ ਕਿਉਂਕਿ ਉਹ ਸਟਰੈਂਥ ਮਿਲਦੀ ਰਹਿੰਦੀ ਹੈ ਯੂਟਰਸ ਨੂੰ ਆਪਣੀਆਂ ਦਵਾਈਆਂ ਸੇਫ ਮੈਡੀਸਿਨਸ ਦਾ ਇਹਨਾਂ ਦਾ ਕੋਈ ਨੁਕਸਾਨ ਨਹੀਂ ਹੈਗਾ ਖਾਣੀ ਕੋਈ ਔਖੀ ਨਹੀਂ ਹੈ ਮੈਡੀਸਿਨ ਪਰ ਮੈਡੀਸਿਨ ਖਾਣ ਨਾਲ ਠੀਕ ਰਹਿੰਦਾ ਬੱਚਾ ਤੇ ਜਾ ਸਮਝੋ ਦੋਨੇ ਠੀਕ ਰਹਿੰਦੇ ਨੇ ਹਾਂ ਸੋ ਦੇਖੋ ਹੁਣ ਤੁਸੀਂ ਆਮ ਕੀ ਹੁੰਦਾ ਕਿ ਸਾਨੂੰ ਕੱਲੇ ਵਿਟਾਮਿਨਸ ਦਿੱਤੇ ਜਾਂਦੇ ਆ ਜਦੋਂ ਅਸੀਂ ਪ੍ਰੈਗਨੈਂਟ ਹੁੰਦੇ ਆ ਤੇ ਬਾਕੀ ਬਹੁਤ ਸਾਰੀਆਂ ਦਵਾਈਆਂ ਨੂੰ ਬੰਦ ਕਰਨ ਲਈ ਕਿਹਾ ਜਾਂਦਾ ਬਟ ਹੋਮੋਪੈਥੀ ਦਵਾਈ ਚਕਰ ਤੁਹਾਨੂੰ ਤੁਹਾਡੀ ਫੈਮਿਲੀ ਚ ਕਿਸੇ ਨੂੰ ਵੀ ਪ੍ਰੋਬਲਮ ਆ ਤੁਹਾਨੂੰ ਲੱਗਦਾ ਕਿ ਬਹੁਤ ਦੇਰ ਤੋਂ بار-ਬਾਰ ਕੰਝੀਵ ਕਰ ਰਹੇ ਤੇ ਬਾਰ-ਬਾਰ ਮਿਸਕੈਲਚ ਹੋ ਰਿਹਾ ਤੇ ਪਰ ਉਹਨੂੰ ਤੁਹਾਨੂੰ ਡਰ ਲੱਗਦਾ ਕਿ ਤੁਸੀਂ ਦੂਸਰੀਆਂ ਦਵਾਈਆਂ ਖਾ ਵੀ ਰਹੇ ਹੋ ਹੋਮੋਪੈਥੀ ਦੇ ਵਿੱਚ ਇਹਦਾ ਪਰਮਾਨੈਂਟ ਪੱਕਾ ਇਲਾਜ ਹੈਗਾ ਇਹ ਡਾਕਟਰ ਦੇ ਕਹ ਰਹੇ ਹੋ ਤੁਸੀਂ ਹਾਂਜੀ ਪਰਮਾਨੈਂਟ ਇਲਾਜ ਹੈਗਾ ਇਹਦਾ ਹਾਂਜੀ ਚੋਈ ਦੇ ਨਾਲ ਬਹੁਤ ਅੱਛੇ ਰਿਜ਼ਲਟ ਮਿਲਦੇ ਆ ਜੇ ਬਿਲਕੁਲ ਠੀ ਤੁਹਾਡੇ ਐਕਸਪੀਰੀਅੰਸ ਮੁਤਾਬਕ ਕਿੰਨੇ ਸਾਲ ਕਿੰਨੇ ਸਾਲ ਹੋ ਗਏ ਤੁਹਾਨੂੰ ਇਹਦੇ ਚ ਅ ਜਸ ਜੀ ਮੈਂ ਪ੍ਰੈਕਟਿਸ ਕਰ ਰਹੀ ਜੀ 93 ਤੋਂ ਓਹ ਹਾਂਜੀ ਅੱਛਾ ਇੰਨੇ ਸਾਲ ਹੋ ਗਏ ਹਾਂਜੀ ਇੰਨੇ ਸਾਲ ਹੋ ਗਏ ਇੰਨੇ ਸਾਲ ਦਾ ਐਕਸਪੀਰੀਅੰਸ ਆ ਤੁਸੀਂ ਆਪ ਹੀ ਦੇਖ ਲਿਆ ਕਿ ਜਦੋਂ ਤੁਸੀਂ 23 20 ਤੋਂ ਉੱਪਰ ਐਕਸਪੀਰੀਅੰਸ ਹੋ ਜਾਂਦਾ ਤੇ ਛੁਟਕੀ ਦੇ ਨਾਲ ਪਤਾ ਲੱਗ ਜਾਂਦਾ ਕਿ ਕਿਹੜੀ ਦਵਾਈ ਅਸੀਂ ਦੇਣੀ ਆ ਭੈਣਾਂ ਨੂੰ ਕੱਲੀ ਇਹੀ ਨਹੀਂ ਪਿਛਲੀ ਵਾਰ ਇਸ ਚਿਲਕੋਰੀਓ ਦੀ ਗੱਲ ਕੀਤੀ ਸੀ ਕੋਈ ਉਹ ਪ੍ਰੋਬਲਮ ਆ ਜਾਤਾ ਅਨੋਮਿਸਕਾਰਜੀ ਦੀ ਪ੍ਰੋਬਲਮ ਆ ਜਾ ਤੁਹਾਨੂੰ ਕੋਈ ਹੋਰ ਪ੍ਰੋਬਲਮ ਆ ਕੋਈ weight ਵਧਣ ਦੀ ਪ੍ਰੋਬਲਮ ਆ ਹਾਰਮੋਨਸ ਅਨ ਬੈਲੈਂਸ ਆ ਉਹਦੇ ਸਾਰੇ ਕਸੇ ਦੀ ਦਵਾਈ ਹਾਂਜੀ ਹਾਂਜੀ ਸਾਰੇ ਕਸੇ ਦੀ ਦਵਾਈ ਮਿਲ ਜਾਂਦੀ ਹੈ ਜੀ ਜਿਸ ਤਰ੍ਹਾਂ ਹਾਰਮੋਨਲ ਇਮਬੈਲੈਂਸ ਲੜਕੀਆਂ ਨੂੰ ਜ਼ਿਆਦਾ ਹੁੰਦੀ ਹੈ ਉਹ ਆਪਣੀ ਹਿਸਟਰੀ ਲੈਣੀ ਪੈਂਦੀ ਹੈ ਜੀ ਜਦੋਂ ਕੋਈ ਵੀ ਪੇਸ਼ੈਂਟ ਆਉਂਦਾ ਵੀ ਉਹ ਕਿਸ ਤਰ੍ਹਾਂ ਦਾ ਹੈ ਹਨਾ ਉਹਦੀ ਕੀ ਲਾਈਫ ਸਟਾਈਲ ਕੀ ਹੈ ਉਹ ਤੇ ਡਿਪੈਂਡ ਕਰਦਾ ਆਪਾਂ ਸਾਰੀ ਹਿਸਟਰੀ ਲੈ ਕੇ ਉਹਦੇ ਅਕੋਰਡਿੰਗਲੀ ਹੋਮੋਪੈਥਿਕ ਦਵਾਈ ਦਿੰਨੇ ਆ ਹਾਂ ਇਹ ਨਹੀਂਗਾ ਵੀ ਸਾਰਿਆਂ ਨੂੰ ਇੱਕੋ ਜਿਹੀ ਦਵਾਈ ਦਿੰਦੇ ਹਾਂ ਹੋਮੋਪੈਥੀ ਚ ਇਹੀ ਹੈ ਕਿ ਥੋੜਾ ਆਪਾਂ ਨੂੰ ਟਾਈਮ ਚਾਹੀਦਾ ਅੱਧਾ ਘੰਟਾ ਘੰਟਾ ਪੇਸ਼ੈਂਟ ਕੱਢ ਕੇ ਆਵੇ ਉਹਦੇ ਆਪਾਂ ਪੂਰੀ ਹਿਸਟਰੀ ਲੈਣੇ ਆ ਉਹਦੇ ਅਕੋਰਡਿੰਗਲੀ ਦਵਾਈ ਦਿੰਨੇ ਆ ਜੀ ਅ ਜਿੱਤੇ ਕਰਕੇ ਆਪਾਂ ਫਿਰ ਵਧੀਆ ਰਿਜ਼ਲਟ ਮਿਲਦੇ ਆ ਰਿਜ਼ਲਟ ਵਧੀਆ ਮਿਲਦੇ ਆ ਬਹੁਤ ਸਾਰੇ ਲੋਕਾਂ ਦੀ ਇਹ ਸ਼ਿਕਾਇਤ ਹੁੰਦੀ ਆ ਕਿ ਸ਼ਾਇਦ ਹੋਮੋਪੈਥੀ ਚ ਇੱਕੋ ਜਿਹੀਆਂ ਗੋਲੀਆਂ ਸਭ ਨੂੰ ਦੇ ਦਿੱਤੀਆਂ ਜਾਂਦੀਆਂ ਪਰ ਗੋਲੀਆਂ ਦੇ ਵਿੱਚ ਪਏ ਹੋਏ ਡ੍ਰੌਪਸ ਉਹ ਦਵਾਈ ਹੁੰਦੀ ਆ ਜਿਹੜੀਆਂ ਤੁਸੀਂ ਮਿੱਠੀਆਂ ਗੋਲੀਆਂ ਦੇਖ ਰਹੇ ਹੋ ਉਹਦੀ ਸ਼ਕਲ ਜ਼ਰੂਰ ਇੱਕੋ ਜਿਹੀ ਆ ਤੁਸੀਂ ਸ਼ਾਇਦ ਕਦੇ ਇਸ ਗੱਲ ਦਾ ਵੀ ਧੋਖਾ ਖਾ ਜਾਂਦੇ ਹੋ ਕਿ ਜੇ ਤੁਸੀਂ ਦੂਸਰੇ ਡਾਕਟਰਾਂ ਕੋ ਜਾਂਦੇ ਹੋ ਉਹਨਾਂ ਦੀ ਦਵਾਈ ਦੀ ਸ਼ਕਲ ਡਿਫਰੈਂਟ ਹੁੰਦੀ ਆ ਸੋ ਇਹਦੀ ਸ਼ਕਲ ਇੱਕੋ ਜਿਹੀ ਕਰਕੇ ਜੀ ਬਹੁਤ ਚੁਕੈਤਾ ਹੁੰਦੀ ਆ ਕਿ ਇੱਕੋ ਜਿਹੀ ਦਵਾਈਆਂ ਸਾਰਿਆਂ ਨੂੰ ਦੇ ਜਾਂਦੇ ਆ ਪਰ ਇੱਕੋ ਨਹੀਂ ਹੁੰਦੀਆਂ ਹਾਂਜੀ ਦਵਾਈਆਂ ਆਰਡਰਡ ਹੁੰਦੀਆਂ ਸਿਰਫ ਦੇਣ ਦਾ ਤਰੀਕਾ ਇੱਕ ਹੁੰਦਾ ਹਾਂ ਉਹ ਜਿਹਦੇ ਚ ਪਾ ਕੇ ਡ੍ਰੋਪਸ ਦਿੱਤੇ ਜਾਂਦੇ ਉਹ ਗਲਾਸ ਆ ਇੱਕ ਤਰ੍ਹਾਂ ਦਾ ਮੰਨ ਲਓ ਜਿਵੇਂ ਪਾਣੀ ਪੀਣਾ ਹੈ ਉਹ ਚੋ ਗਲਾਸ ਸੇ ਹੀ ਆ ਬਿਲਕੁਲ ਹਾਂਜੀ ਬਟ ਪਾਣੀ ਵਿੱਚ ਪਾਣੀ ਦੀ ਹੋ ਸਕਦਾ ਕੋਕ ਵੀ ਹੋ ਡਿਫਰੈਂਟ ਦਵਾਇਆਂ ਡਿਫਰੈਂਟ ਹੈ ਜੀ ਜੇ ਤਾਂ ਡਿਫਰੈਂਟ ਡਿਫਰੈਂਟ ਦਵਾਇਆਂ ਉਸ ਆਦਿਆ ਜੋ ਕਿਸੇ ਵੀ ਤਰ੍ਹਾਂ ਦੀ ਕੱਲੀ ਇਹੀ ਨਹੀਂ ਲੇਡੀਜ਼ ਨੂੰ ਕੋਈ ਵੀ ਪ੍ਰੋਬਲਮ ਆ ਤੇ ਫੋਨ ਚੱਕੋ ਕਿਰਨਦੀਪ ਜੀ ਨੂੰ ਫੋਨ ਕਰੋ ਤੇ ਆਪਣੀ ਪ੍ਰੋਬਲਮ ਇਹਨਾਂ ਨੂੰ ਦੱਸੋ ਤੇ ਪ੍ਰੋਬਲਮ ਨੂੰ ਜੜ ਤੋਂ ਮਟਾਓ ਕਿੰਨੀ ਦੇਰ ਚ ਕੁਝ ਫਿਊ ਮੰਥ ਦੇ ਵਿੱਚ 1 ਮਹੀਨਾ 2 ਮਹੀਨਾ 3 ਮਹੀਨਾ ਕਹਿੰਦੇ ਨੇ ਕਿ 6 ਵੀਕਸ ਤੋਂ ਬਾਅਦ ਤੁਹਾਡੀ ਪ੍ਰੋਬਲਮ ਖਤਮ ਹੋ ਸਕਦੀ ਹੈ ਸੋ ਅੱਜ ਕਰਦੇ ਆ ਕਿ ਅੱਜ ਦਾ ਕਿਰਨਦੀਪ ਜੀ ਦਾ ਜਿਹੜਾ ਇਹ ਅੱਜ ਦਾ ਵਿਸ਼ਾ ਸੀ ਉਹ ਨੂੰ ਤੁਸੀਂ ਪਸੰਦ ਕੀਤਾ ਹੋਵੇਗਾ ਤੇ ਚਲੋ ਮਿਲਦੇ ਆ ਫਿਰ ਅਗਲੇ ਵੀਕ ਥੈਂਕ ਯੂ ਕਿਰਨਦੀਪ ਜੀ ਬਹੁਤ ਬਹੁਤ ਸਸਿਕਾਲ ਸਸਿਕਾਲ ਜੀ